ਆ ਗਿਆ ਫਿਰ ਮਲਕੀਤ ਬਬੇਲੀ ਲੈ ਕੇ ਬਲੂ ਫਲੈਗ ਕੱਢ ਵੈਰੀਆ ਤੂੰ ਜਿਹੜਾ ਸੱਪ ਕੱਢਣਾ ਬਾਬਾ ਸਾਹਿਬ ਦਾ ਮਿਛਨੇ ਨਹੀਂ ਉਹ ਛੱਡਣਾ ਹਿੰਡ ਗੱਭਰੂ ਦੀ ਨੀਲਾ ਝੰਡਾ ਕੱਢਣਾ 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 ਟੱਬ ਵਿੱਚ ਘੋੜਾ ਚਿੱਟੀ ਘੋੜੀ ਦੀ ਸਵਾਰੀਆ ਹਿੰਡ ਗੱਭਰੂ ਦੀ ਨੀਲਾ ਝੰਡਾ ਕੱਢਣਾ ਹਿੰਡ ਗੱਭਰੂ ਦੀ ਨੀਲਾ ਝੰਡਾ ਕੱਢਣਾ ਹਿੰਡ ਗੱਭਰੂ ਦੀ ਨੀਲਾ ਝੰਡਾ ਕੱਢਣਾ ਪਵਨ ਦੀ ਚੜ੍ਹਾਈ ਉੱਤੇ ਖਾਂਦੇ ਜਿਹੜੇ ਖਾਰ ਨੇ ਰਣਜੀਤ ਨੇ ਉਹ ਦੇਖੀ ਫਿਰ ਪਹਿਲੀ ਸੱਟੇ ਝਾੜ ਨੇ ਕੱਢਣਾ।
ਵਿੱਚ ਸਾਡੀਆਂ ਚੜਾਈਆਂ ਜੀ ਬਾਬਾ ਸਾਹਿਬ ਤੇਰੇ ਕਰਕੇ ਹੋਈਆਂ, ਜੱਗ ਵਿੱਚ ਸਾਡੀਆਂ ਚੜਾਈਆਂ ਜੀ ਬਾਬਾ ਸਾਹਿਬ ਤੇਰੇ ਕਰਕੇ ਸਾਡੀਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਬਾ ਸਾਹਿਬ ਤੇਰੇ ਕਰਕੇ ਸਾਡੀਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਬਾ ਸਾਹਿਬ ਤੇਰੇ ਕਰਕੇ ਸਾਡੀਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਭੀਮਰਾਓ ਤੇਰੇ ਕਰਕੇ ਲੋਕ ਸਪੀਕਰ ਮੁੱਖ ਮੰਤਰੀ ਤੇਰੇ ਕਰਕੇ ਬਣ ਗਏ ਹੱਕ ਲੈਣ ਲਈ ਆਪਣੇ ਹੁਣ ਅਸੀਂ ਇੱਕ ਤਾਣ ਕੇ ਖੜ ਗਏ ਲੋਕ ਸਪੀਕਰ ਮੁੱਖ ਮੰਤਰੀ ਤੇਰੇ ਕਰਕੇ ਬਣ ਗਏ ਹੱਕ ਲੈਣ ਜੈ ਭੀਮ ਜੈ ਭਾਰਤ ਨਮੋ ਉਦਾਏ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਸੰਬੰਧੀ ਬੁੱਧ ਵਿਹਾਰ ਸੰਘ ਮਿੱਤਰਾ ਬੁੱਧ ਵਿਹਾਰ ਤੋਂ ਚੇਤਨਾ ਮਾਰਚ ਕੱਢੀ ਗਈ ਜਿਹੜਾ ਕਿ ਡਾਕਟਰ ਅੰਬੇਡਕਰ ਪਾਰਕ ਵਿੱਚ ਖਤਮ ਹੋਈ ਹੈ। ਮੈਂ ਸਾਰੇ ਅੰਬੇਡਕਰ ਸਾਥੀਆਂ ਦਾ ਜਿਸਾ ਤਹਿ ਦਿਲ ਧੰਨਵਾਦ ਕਰਦਾ ਜਿਹਨੇ ਇਸ ਚੇਤਨਾ ਮਾਰਚ ਨੂੰ ਕਾਮਯਾਬ ਕਰਨ ਦੇ ਵਿੱਚ ਸਹਿਯੋਗ ਦਿੱਤਾ, ਔਰ ਮੈਂ ਸਾਰੇ ਸਾਥੀਆਂ ਨੂੰ ਧੰਨਵਾਦ ਕਰਦਾ ਔਰ ਅੰਬੇਡਕਰ ਸਾਥੀਆਂ ਦਾ ਜਿੰਨੇ ਸਾਰੇ ਸਾਥੀ ਆਏ ਸਾਰਾ ਧੰਨਵਾਦ, ਔਰ ਮੈਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ 'ਤੇ ਸਾਰੇ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਜੈ ਭੀਮ ਜੈ ਭਾਰਤ। ਅੱਜ ਰਾਸ਼ਟਰਪਿਤਾ ਜੋਤੀਰਾਓ ਫੂਲੇ, ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਔਰ ਮਾਨਯਵਰ ਸਾਹਿਬ ਕਾਂਛੀ ਰਾਮ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਜੋ 4 ਰੋਜ਼ਾ ਮੇਲਾ ਜਿਹੜਾ 10ਵਾਂ ਯਾਦਗਾਰੀ ਮੇਲਾ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਹੋ ਰਿਹਾ, ਉਸ ਦੇ ਵਿੱਚ ਅੰਬੇਡਕਰ ਸੈਨਾ ਮੂਲ ਨਿਵਾਸੀ ਅੰਬੇਡਕਰ ਸੈਨਾ ਸਾਡੇ ਪੰਜਾਬ ਸੁਰਿੰਦਰ ਢੰਡਾ ਜੀ ਵੱਲੋਂ ਦੀ ਅਗਵਾਈ 'ਚ ਜੋ ਸੰਘ ਮਿੱਤਰਾ ਬੁੱਧ ਵਿਹਾਰ ਤੋਂ ਲੈ ਕੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਹਦੀਆਬਾਦ ਤੱਕ ਜਿਹੜਾ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ, ਜਿਹਦੇ ਵਿੱਚ ਵਿਸ਼ਾਲ ਜਿਹੜੀਆਂ ਸ਼ੋਭਾ ਝਾਕੀਆਂ ਸਨ ਔਰ ਬੱਚਿਆਂ ਦੀਆਂ ਜਿਹੜਾ ਉਹਨਾਂ ਨੇ ਕੋਰੀਓਗ੍ਰਾਫੀ ਗੀਤਾਂ ਦੇ ਭੰਗੜੇ ਪਾਏ ਔਰ ਨੌਜਵਾਨ ਬੀਬੀਆਂ ਭੈਣਾਂ ਜਿਹੜਾ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਸਾਡੇ ਬਹੁਜਨ ਆਗੂਆਂ ਨੇ ਵੀ ਇਹਦੇ ਵਿੱਚ ਹਿੱਸਾ ਲਿਆ ਅਤੇ ਇਹ ਮੇਲਾ ਜਿਹੜਾ 13 ਅਤੇ 14 ਅਪ੍ਰੈਲ ਨੂੰ 2 ਦਿਨ ਹੋਰ ਜਿਹੜਾ ਪਾਰਕ ਦੇ ਵਿੱਚ ਚੱਲੇਗਾ। ਤੋ ਤਮਾਮ ਬਹੁਜਨ ਸਾਥੀਆਂ ਦਾ, ਜਿਹੜੀਆਂ ਬੀਬੀਆਂ ਭੈਣਾਂ ਨੌਜਵਾਨ ਸਾਥੀਆਂ ਨੇ ਇਹਦੇ ਵਿੱਚ ਭਾਗ ਲਿਆ, ਸਾਰਿਆਂ ਦਾ ਹੀ ਅਸੀਂ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਧੰਨਵਾਦ ਕਰਦੇ। ਜੈ ਭੀਮ ਜੈ ਭਾਰਤ। ਵਿਸ਼ਵ ਪੱਧਰ 'ਤੇ ਮਾਨਵਵਾਦ ਦਾ ਝੰਡਾ ਬੁਲੰਦ ਕਰਨ ਵਾਲੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਜਿਹੜਾ ਚੇਤਨਾ ਮਾਰਚ ਅੱਜ ਸੰਘ ਮਿੱਤਰਾ ਬੁੱਧ ਵਿਹਾਰ ਤੋਂ ਸ਼ੁਰੂ ਹੋ ਕੇ ਇੱਥੇ ਅੰਬੇਡਕਰ ਪਾਰਕ ਹਦੀਆਬਾਦ ਪਹੁੰਚਿਆ ਹੈ ਔਰ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਅੰਬੇਡਕਰ ਸਾਥੀਆਂ ਨੇ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਅਤੇ ਹੋਰ ਮਹਾਂਪੁਰਸ਼ਾਂ ਦੇ ਜਿਹੜੇ ਪੈਰੋਕਾਰ ਹੈ ਉਹਨਾਂ ਸਾਰਿਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਉਤਸ਼ਾਹ ਨਾਲ ਜਿਹੜਾ ਹਿੱਸਾ ਲਿਆ ਹੈਗਾ ਅਤੇ ਇਸ ਜਿਹੜਾ ਜਨਮ ਆ ਰਿਹਾ ਹੈ ਬਾਬਾ ਸਾਹਿਬ ਦਾ 14 ਅਪ੍ਰੈਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਆਏ ਹੋਏ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ ਜੈ ਭਾਰਤ। ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮਦਿਨ ਨੂੰ ਸਮਰਪਿਤ
ਅੰਬੇਡਕਰ ਸੈਨਾ ਪੰਜਾਬ ਵੱਲੋਂ ਜੋ ਵਿਸ਼ਾਲ ਚੇਤਨਾ ਮਾਰਚ ਕੱਢੀ ਗਈ ਹੈ ਔਰ ਜੋ ਕਿ ਬਹੁਜਨ ਪ੍ਰੇਰਣਾ ਸਥਾਨ ਡਾਕਟਰ ਬੀ ਆਰ ਅੰਬੇਡਕਰ ਹਦੀਆਬਾਦ ਵਿਖੇ ਸੰਪੰਨ ਹੋਈ ਹੈ ਔਰ ਇੱਥੇ ਜੋ ਵਿਸ਼ਾਲ ਮੇਲਾ ਚੱਲ ਰਿਹਾ ਹੈ ਇਸ ਚੇਤਨਾ ਮਾਰਚ ਦਾ ਜੋ ਮਕਸਦ ਸੀਗਾ ਕਿ ਨੌਜਵਾਨਾਂ ਦੇ ਵਿੱਚ ਔਰ ਮੁਹੱਲਿਆਂ ਦੇ ਵਿੱਚ ਜੋ ਕਿ ਸਾਡੇ ਐਸੀ ਮੁਹੱਲੇ ਨੇ ਉੱਥੇ ਜਿਹੜਾ ਜਾਗਰੂਕਤਾ ਪੈਦਾ ਕਰਨੀ ਜਾਗਰੂਕਤਾ ਪੈਦਾ ਕਰਕੇ ਜੋ ਬਾਬਾ ਸਾਹਿਬ ਦਾ ਮਿਸ਼ਨ ਆ ਉਸ ਨੂੰ ਘਰ ਘਰ ਪਹੁੰਚਾਉਣਾ ਔਰ ਜਿਹੜਾ ਸਾਰਿਆਂ ਸਾਥੀਆਂ ਦਾ ਜੋ ਕਿ ਇੱਥੇ ਪਹੁੰਚੇ ਨੇ ਉਹਨਾਂ ਉਪਰਾਲਾ ਕੀਤਾ ਸਾਰਿਆਂ ਦਾ ਸਾਥੀਆਂ ਧੰਨਵਾਦ ਜੈ ਭੀਮ ਜੈ ਭਾਰਤ। ਅੱਜ ਜੋ ਚੇਤਨਾ ਮਾਰਚ ਅੰਬੇਡਕਰ ਸੈਨਾ ਵੱਲੋਂ ਕੱਢਿਆ ਗਿਆ ਹੈ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਜੀ ਦੇ ਜਨਮ ਦਿਨ 'ਤੇ ਉਹਦੇ ਲਈ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਅਤੇ ਬਾਬਾ ਸਾਹਿਬ ਨੇ ਸਾਡੇ ਲਈ ਬਹੁਤ ਕੁਝ ਕੀਤਾ ਨਾ ਕੇਵਲ ਸਿਰਫ ਸੰਵਿਧਾਨ ਬਲਕਿ ਸਾਰਿਆਂ ਨੂੰ ਊਂਚ ਨੀਚ ਦੇ ਭੇਦਭਾਵ ਨੂੰ ਛੱਡਦੇ ਹੋਏ ਇੱਕ ਰਲ ਮਿਲ ਕੇ ਪਿਆਰ ਨਾਲ ਰਹਿਣਾ ਸਿਖਾਇਆ ਬੱਚਿਆਂ ਨੂੰ ਐਜੂਕੇਸ਼ਨ ਦੇ ਲਈ ਰਾਈਟ ਉਹਨਾਂ ਨੇ ਦਵਾਇਆ ਅਤੇ ਹੋਰ ਸਾਨੂੰ ਲੋਕਾਂ ਨੂੰ ਅੱਜ ਸੋਹਣੇ ਸੋਹਣੇ ਕੱਪੜੇ ਪਾਈ ਫਿਰਦੇ ਹਾਂ ਇਹ ਵੀ ਕੱਪੜੇ ਪਾਉਣ ਦਾ ਹੱਕ ਤੱਕ ਉਹਨਾਂ ਨੇ ਦਵਾਇਆ ਛੂ ਅਛੂਤ ਨੂੰ ਪਿੱਛੇ ਕਰਦੇ ਹੋਏ ਸਾਰਿਆਂ ਨੂੰ ਇੱਕ ਬਰਾਬਰ ਨਾਲ ਰਹਿਣ ਦਾ ਅਤੇ ਪਿਆਰ ਦੇ ਨਾਲ ਰਹਿਣਾ ਸਿਖਾਇਆ। ਹਾਂਜੀ ਮੈਂ ਜ਼ਿਆਦਾ ਕੁਛ ਨਾ ਕਹਿੰਦੇ ਹੋਏ ਸਾਰਿਆਂ ਨੂੰ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਜੀ ਦੇ ਆਉਣ ਵਾਲੇ ਜਨਮ ਦਿਨ ਲਈ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ 133ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਭੀਮ ਜੈ ਭਾਰਤ। ਅੱਜ ਸਰ ਸ਼ੋਭਾ ਯਾਤਰਾ ਕੱਢੀ ਗਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸ਼ੋਭਾ ਯਾਤਰਾ ਲਈ ਮੈਂ ਸਾਰਿਆਂ ਨੂੰ ਮੁਬਾਰਕਾਂ ਦੇ ਰਿਹਾ। ਹਾਂਜੀ ਆਉਣ ਵਾਲੇ ਸਮੇਂ ਜਿਹੜਾ ਇਲੈਕਸ਼ਨ ਹੋ ਰਿਹਾ ਤੁਸੀਂ ਫਗਵਾੜੇ ਵਿੱਚ ਤੋਂ ਸੀਟ ਦਿੱਤੀ ਗਈ ਹੈ। ਹਾਂਜੀ ਜਿਹੜਾ ਲੋਕਾਂ ਦਾ ਸਮਰਥਨ ਮਿਲ ਰਿਹਾ ਫਗਵਾੜੇ ਵਿੱਚ ਅੱਜ ਤੁਸੀਂ ਦੂਜੀ ਵਾਰ ਆਏ। ਹਾਂਜੀ ਮਤਲਬ ਇਹਦੇ ਬਾਰੇ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਲੋਕਾਂ ਦਾ ਬਹੁਤ ਰਿਣੀ ਹਾਂ ਜੋ ਦੂਰੋਂ ਨੇੜਿਓਂ ਚੱਲ ਕੇ ਅੱਜ ਉਹਨਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਪਾਰਟੀਸਪੇਟ ਕੀਤਾ ਆ ਅਤੇ ਆਉਣ ਵਾਲੀਆਂ ਇਲੈਕਸ਼ਨਸ ਲਈ ਵੀ ਮੈਂ ਲੋਕਾਂ ਨੂੰ ਇਹੀ ਕਹਾਂਗਾ ਕਿ ਜੋ ਉਹਨਾਂ ਨਾਲ ਪਿੱਛੇ ਲੋਕ ਦੂਸਰੀਆਂ ਪਾਰਟੀਆਂ ਨੇ ਝੂਠੇ ਵਾਅਦੇ ਕੀਤੇ ਔਰ ਲੋਕਾਂ ਨੂੰ ਗੁੰਮਰਾਹ ਕੀਤਾ ਉਹਨਾਂ ਤੋਂ ਇਸ ਵਾਰ ਬਚੋ ਔਰ ਆਪਣਾ ਜੋ ਉਹਨਾਂ ਨੂੰ ਲੱਗਦਾ ਹੈ ਕਿ ਜੋ ਵੀ ਲੀਡਰ ਉਹਨਾਂ ਨੂੰ ਉਹਨਾਂ ਦੇ ਵਾਅਦੇ ਪੂਰੇ ਕਰ ਸਕਦਾ ਜਾਂ ਜੋ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਉਹਨੂੰ ਚੁਣਨ। ਹਾਂਜੀ ਸਮਾਜ ਪਾਰਟੀ ਨੇ ਤੁਹਾਡੇ 'ਤੇ ਵਿਸ਼ਵਾਸ ਕਰਕੇ ਤੁਹਾਨੂੰ ਜਿਹੜਾ ਹੈ ਉਹ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਜਨ ਸਮਾਜ ਪਾਰਟੀ ਮੈਂ ਆਪਣੇ ਪਾਰਟੀ ਪ੍ਰਧਾਨ ਮਾਇਆਵਤੀ ਜੀ ਦਾ ਥੈਂਕਫੁਲ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਨੇ ਮੈਨੂੰ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਅਤੇ ਦੇਖੋ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਜੋ ਵੀ ਇਲਾਕੇ ਦੀਆਂ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ। ਲੋਕਾਂ ਦਾ ਸਰ ਪ੍ਰਭਾਵ ਅਤੇ ਸਮਰਥਨ ਕਿੱਦਾਂ ਦਾ? ਲੋਕਾਂ ਦਾ ਤਾਂ ਸਮਰਥਨ ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਲੋਕ ਇੰਨਾ ਪਿਆਰ ਦੇਣਗੇ। ਲੋਕਾਂ ਦਾ ਬਹੁਤ ਜ਼ਿਆਦਾ ਸਮਰਥਨ ਹੈ। ਲੋਕ ਇਹਨਾਂ ਸਰਕਾਰਾਂ ਤੋਂ ਬਹੁਤ ਤੰਗ ਆ ਅਤੇ ਮਤਲਬ ਆਪਣੇ ਮੂੰਹ ਵਡਿਆਈ ਆਪਣੀ ਕਰਨਾ ਮੈਂ ਵੀ ਠੀਕ ਨਹੀਂ ਸਮਝਦਾ। ਤੁਹਾਨੂੰ ਆਉਣ ਵਾਲੀਆਂ ਇਲੈਕਸ਼ਨਾਂ 'ਚ ਆਪ ਹੀ ਪਤਾ ਲੱਗ ਜਾਏਗਾ ਕਿ ਲੋਕਾਂ ਦਾ ਕਿੰਨਾ ਸਮਰਥਨ ਹੈ। ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਕਰੇ ਜਾਂਗੇ ਠੋਕੇ। ਬਾਬਾ ਸਾਹਿਬ ਜੀ ਤੁਹਾਡੀ ਲਈ ਅਸੀਂ ਆਪਣੇ ਹਿੱਕ ਤਾਣ ਕੇ ਖੜ ਗਏ। ਅਸੀਂ ਕੀਤੀਆਂ ਨੇ ਨੇਕ ਕਮਾਈਆਂ ਜੀ ਬਾਬਾ ਸਾਹਿਬ ਤੇਰੇ ਕਰਕੇ। ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਬਾ ਸਾਹਿਬ ਤੇਰੇ ਕਰਕੇ। ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਬਾ ਸਾਹਿਬ ਤੇਰੇ ਕਰਕੇ। ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਭੀਮ ਰਾਓ ਤੇਰੇ ਕਰਕੇ। ਦੇ ਨਾ ਜੇ ਕੁਰਬਾਨੀ ਕੀਤੀ
ਵਕੀਲ ਕਦੇ ਨਾ ਬਣਦੇ ਨਾ ਅਫਸਰ ਕਿਸੇ ਸੀ ਕਹਿਣਾ ਉਹ ਦਿੰਦੇ ਨਾ ਦੇ ਕੁਰਬਾਨੀ ਕਿੱਥੇ ਨਾ ਸੀ ਸਾਡਾ ਰਹਿਣਾ ਜੱਜ ਵਕੀਲ ਕਦੇ ਨਾ ਬਣਦੇ ਨਾ ਅਫਸਰ ਕਿਸੇ ਸੀ ਕਹਿਣਾ ਸਾਨੂੰ ਮਿਲੀਆਂ ਸਭ ਵਡਿਆਈਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਭੀਮ ਰਾਓ ਤੇਰੇ ਕਰਕੇ ਡਿਗਰੀਆਂ ਤੇ ਡਿਪਲੋਮੇ ਕਰੇ ਅਸੀਂ ਦੁਨੀਆ ਦੇ ਵਿੱਚ ਛਾਏ ਐਮਐਲਏ ਤੇ ਐਮਪੀ ਤੁਸਾਂ ਨੇ ਰਾਸ਼ਟਰਪਤੀ ਬਣਾਏ ਡਿਗਰੀਆਂ ਤੇ ਡਿਪਲੋਮੇ ਕਰੇ ਅਸੀਂ ਦੁਨੀਆ ਦੇ ਵਿੱਚ ਛਾਏ ਅਸੀਂ ਵੱਖਰੀਆਂ ਪਿਰਤਾਂ ਪਾਈਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਭੀਮਰਾਓ ਤੇਰੇ ਕਰਕੇ ਰੂਪਲਾਲ ਜੰਡਿਆਲੀ ਵਾਲਾ ਬਣਦਾ ਨਾ ਲਿਖਾਰੀ ਜੇਕਰ ਤੁਹਾਡੀ ਸੋਚ ਨਾ ਹੁੰਦੀ ਸਭਨਾ ਨੇ ਵਿਚਾਰੀ ਰੂਪ ਲਾਲ ਜੰਡਿਆਲੀ ਵਾਲਾ ਬਣਦਾ ਨਾ ਲਿਖਾਰੀ ਜੇਕਰ ਤੁਹਾਡੀ ਸੋਚ ਨਾ ਹੁੰਦੀ ਸਭਨਾ ਨੇ ਵਿਚਾਰੀ ਸੰਧੂ ਲਿਖਤਾਂ ਨੇ ਰਾਣੇ ਤੋਂ ਗਵਾਈਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਬਾਵਾ ਸਾਹਿਬ ਤੇਰੇ ਕਰਕੇ ਸਾਡਿਆਂ ਘਰਾਂ 'ਚ ਆਈਆਂ ਖੁਸ਼ੀਆਂ ਜੀ ਭੀਮ ਰਾਓ